ਲਿਆ। ਤਿੰਨ ਚਾਰ ਦਿਨਾਂ ਤੋਂ ਭੁੱਖੇ ਸਾਹਿਬਜ਼ਾਦੇ ਸਾਰੀ ਰਾਤ ਇਸੇ ਤਰ੍ਹਾਂ ਬੋਰਿਆਂ 'ਚ ਬੱਜੇ ਤੜਫਦੇ ਰਹੇ। ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਹ ਮਾਤਾ ਜੀ ਦੇ ਮੂੰਹ ਤੇ ਬੰਨ ਦਿੱਤਾ ਗਿਆ। ਇਸ ਸਾਹਿਬਜ਼ਾਦਿਆਂ ਦੇ ਕਈ ਥਾਂ ਤੋਂ ਲਹੂ ਦੀਆਂ ਧਾਰਾਂ ਵਗਦੀਆਂ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ। ਗੰਗੂ ਨੇ ਗਦਾਰੀ ਕੀਤੀ ਤੇ ਛੋਟੇ ਸਾਹਿਬਜ਼ਾਦੇ ਨੂੰ ਸਰਹੰਦ ਵਿੱਚ ਸ਼ਹੀਦ ਕਰ ਦਿੱਤਾ ਗਿਆ। ਚਾਰ ਸਾਹਿਬਜ਼ਾਦੇ ਫਿਲਮ ਦਾ ਸਦਕਾ ਮੋਟਾ ਮੋਟਾ ਇਹ ਸਾਰਾ ਇਤਿਹਾਸ ਹੁਣ ਆਪਾਂ ਸਭ ਜਾਣਦੇ ਹਾਂ। ਪਰ ਸਰਸਾ ਦੇ ਕੰਢੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਲੇ ਚਾਰ ਦਿਨ ਤੇ ਚਾਰ ਰਾਤਾਂ ਦਾ ਸਮਾਂ, ਜਦੋਂ ਕਾਇਨਾਤ ਦਾ ਪੱਤਾ ਪੱਤਾ ਗੱਦਾਰ ਹੋ ਕੇ ਇਹਨਾਂ ਮਾਸੂਮ ਜਿੰਦਾਂ ਦਾ ਲਹੂ ਚੂਸਣ ਨੂੰ ਫਿਰਦਾ ਸੀ। ਉਹ ਦਰਦਨਾਕ ਇਤਿਹਾਸ ਨਾ ਤਾਂ ਫਿਲਮ ਵਿੱਚ ਕਿਤੇ ਵਿਖਾਇਆ ਗਿਆ ਤੇ ਨਾ ਹੀ ਸਾਡੀਆਂ ਧਾਰਮਿਕ ਸਟੇਜਾਂ ਤੋਂ ਉਹਦੇ ਬਾਰੇ ਬਾਹਲੀ ਗੱਲ ਕੀਤੀ ਜਾਂਦੀ ਹੈ। ਸੋ ਅੱਜ ਇਸ ਵਿਸ਼ੇ ਦੀ ਡੂੰਘਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਪਿਛਲੇ ਵੀਡੀਓ ਨੂੰ ਇੰਨਾ ਪਿਆਰ ਸਤਿਕਾਰ ਦਿੱਤਾ, ਆਪ ਸਭ ਦਾ ਲੱਖ ਲੱਖ ਸ਼ੁਕਰਾਨਾ। ਤੇ ਹੁਣ ਸਕਸੈਸ ਧਾਰਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਅੱਗੇ ਵੱਧਦੇ ਹਾਂ। ਸਰਸਾ ਦੇ ਕੰਢੇ ਤੇ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦਿਆਂ ਸਮੇਤ ਪਹੁੰਚਦੇ ਹਨ ਚੌਂਤੇ ਪਿੰਡ ਕੁੰਮੇ ਮਾਸ਼ਕੀ ਦੇ ਘਰ। ਇਹ ਕੁੰਮਾ ਮਾਸ਼ਕੀ ਪਹਿਲਾਂ ਹਿੰਦੂ ਹੋਇਆ ਕਰਦਾ ਸੀ ਤੇ ਬਾਅਦ ਵਿੱਚ ਕਰੀਮ ਬਖਸ਼ ਬਣ ਗਿਆ। ਕੁਝ ਕੁ ਇਤਿਹਾਸਿਕ ਸਰੋਤਾਂ ਵਿੱਚ ਇਸ ਦਾ ਨਾਮ ਕਰੀਮ ਬਖਸ਼ ਵੀ ਆਉਂਦਾ ਹੈ। ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਰਾਤ ਗੁਜ਼ਾਰੀ। ਕੁੰਮੇ ਦੇ ਗਵਾਂਢ ਵਿੱਚ ਲਕਸ਼ਮੀ ਨਾਮ ਦੀ ਇੱਕ ਬ੍ਰਾਹਮਣੀ ਰਹਿੰਦੀ ਸੀ, ਜਿਸ ਨੇ ਉਸ ਰਾਤ ਮਸਰਾਂ ਦੀ ਦਾਲ ਨਾਲ ਗੁਰਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਅਨੰਦਪੁਰ ਸਾਹਿਬ ਰਸਦ ਖਤਮ ਹੋ ਚੁੱਕੀ ਸੀ, ਇਸ ਲਈ ਅੱਜ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਕਈ ਮਹੀਨਿਆਂ ਬਾਅਦ ਰੱਜ ਕੇ ਭੋਜਨ ਛਕਿਆ ਹੈ। ਇਸ ਤੋਂ ਅਗਲੇ ਦਿਨ ਗੰਗੂ ਇੱਥੇ ਆ ਕੇ ਕੁੰਮੇ ਦੇ ਘਰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮਿਲਦਾ ਹੈ। ਕੁਝ ਕੁ ਇਤਿਹਾਸਿਕ ਸਰੋਤ ਮੰਨਦੇ ਹਨ ਕਿ ਗੰਗੂ ਸਰਸਾ ਦੇ ਕੰਢੇ ਤੋਂ ਹੀ ਇਹਨਾਂ ਦੇ ਨਾਲ ਆਇਆ ਸੀ, ਪਰ ਜ਼ਿਆਦਾਤਰ ਇਤਿਹਾਸਿਕ ਸਰੋਤਾਂ ਦਾ ਮੰਨਣਾ ਹੈ ਕਿ ਉਹ ਪਿੱਛੇ ਪਿੱਛੇ ਅਗਲੇ ਦਿਨ ਆ ਕੇ ਗੁਰਪਰਿਵਾਰ ਨੂੰ ਮਿਲਿਆ। ਗੰਗੂ ਨਾਲ ਜੁੜੀ ਇੱਕ ਹੋਰ ਗੱਲ ਜੋ ਬੜੀ ਮਸ਼ਹੂਰ ਹੈ ਕਿ ਉਹ ਅਨੰਦਪੁਰ ਸਾਹਿਬ ਗੁਰੂ ਘਰ ਦਾ ਰਸੋਈਆ ਹੋਇਆ ਕਰਦਾ ਸੀ। ਪਰ ਜੇ ਆਪਾਂ ਸਿੱਖ ਤਵਾਰੀਖ ਨੂੰ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਅਨੰਦਪੁਰ ਸਾਹਿਬ ਗੁਰੂ ਕਾ ਲੰਗਰ ਖਾਲਸੇ ਦੀਆਂ ਰਵਾਇਤਾਂ ਮੁਤਾਬਕ ਤਿਆਰ ਕੀਤਾ ਜਾਂਦਾ ਸੀ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਪਾਤਸ਼ਾਹ ਦੇ ਖਾਲਸਾ ਸਾਜਣ ਤੋਂ ਪਹਿਲਾਂ ਉਹ ਅਨੰਦਪੁਰ ਸਾਹਿਬ ਵਿਖੇ ਰਸੋਈਏ ਦਾ ਕੰਮ ਕਰਦਾ ਹੋਵੇ ਤੇ ਬਾਅਦ ਵਿੱਚ ਉੱਥੇ ਹੀ ਵਸ ਗਿਆ। ਅਗਲੇ ਦਿਨ ਗੰਗੂ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਆਇਆ। ਇਸ ਪਿੰਡ ਦਾ ਨਾਮ ਪਹਿਲਾਂ ਸਹੇੜੀ ਹੁੰਦਾ ਸੀ। ਬਾਅਦ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਿੰਡ ਨੂੰ ਉਜਾੜ ਕੇ ਰੱਖਤਾ ਤਾਂ ਇਸ ਪਿੰਡ ਦਾ ਨਾਮ ਪੈ ਗਿਆ ਸਹੇੜੀ ਉਖੇੜੀ ਤੇ ਅੱਜ ਆਪਾਂ ਇਸ ਨੂੰ ਖੇੜੀ ਪਿੰਡ ਦੇ ਨਾਮ ਨਾਲ ਜਾਣਦੇ ਹਾਂ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਭਾਣੇ ਪੈਂਡਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ। ਬੀਬੀ ਲਕਸ਼ਮੀ ਨੇ ਕੱਲ ਰਾਤ ਨੂੰ ਪ੍ਰਸ਼ਾਦਾ ਛਕਾਇਆ ਸੀ, ਯਾਨੀ ਕਿ ਸਾਹਿਬਜ਼ਾਦਿਆਂ ਨੂੰ ਕੁਝ ਵੀ ਖਾਧੇ ਹੁਣ 24 ਘੰਟੇ ਬੀਤ ਚੱਲੇ ਸਨ। ਉਸ ਰਾਤ ਗੰਗੂ ਸਾਹਿਬਜ਼ਾਦਿਆਂ ਲਈ ਰੋਟੀ ਤਿਆਰ ਕਰਕੇ ਲਿਆਇਆ। ਉਹ ਖਾਣਾ ਇੰਨੇ ਮਾੜੇ ਪੱਧਰ ਦਾ ਸੀ ਕਿ ਉਸ ਨੂੰ ਵੇਖ ਕੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੂੰ ਕਿਹਾ ਕਿ ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ। ਯਾਨੀ ਕਿ ਗੰਗੂ ਇੰਨੇ ਮਾੜੇ ਪੱਧਰ ਦੀ ਰੋਟੀ ਬਣਾ ਕੇ ਲਿਆਇਆ ਸੀ ਜੋ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸੀ ਖਾਣੀ, ਤੇ ਫਿਰ ਉਹ ਸਾਹਿਬਜ਼ਾਦਿਆਂ ਤੋਂ ਕਿੱਥੇ ਖਾਈ ਜਾਂਦੀ। ਆਖਿਰ ਮਾਤਾ ਜੀ ਨੇ ਆਪਣੀ ਖੁਰਜੀ ਚੋਂ ਇੱਕ ਮੋਹਰ ਦੇ ਕੇ ਸਾਹਿਬਜ਼ਾਦਿਆਂ ਨੂੰ ਪਤਾਸੇ ਮੰਗਾ ਕੇ ਖਾਣ ਨੂੰ ਦਿੱਤੇ। ਪਰ ਜਦੋਂ ਮਾਤਾ ਜੀ ਨੇ ਖੁਰਜੀ ਕੱਢੀ ਤਾਂ ਗੰਗੂ ਦੀ ਉਸ ਤੇ ਮਾੜੀ ਨੀਤ ਪੈ ਗਈ ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਖੁਰਜੀ ਚੋਰੀ ਕਰ ਲਈ ਤੇ ਬਾਹਰ ਲਿਜਾ ਕੇ ਕਿਤੇ ਗੱਡ ਦਿੱਤੀ। ਅਗਲੇ ਦਿਨ ਸਵੇਰੇ ਜਦੋਂ ਸਾਹਿਬਜ਼ਾਦਿਆਂ ਨੂੰ ਦੁਬਾਰਾ ਭੁੱਖ ਲੱਗੀ ਤੇ ਮਾਤਾ ਜੀ ਨੇ ਪਤਾਸੇ ਮੰਗਾਉਣ ਲਈ ਖੁਰਜੀ ਸੰਭਾਲੀ ਤਾਂ ਉਹ ਨਾ ਮਿਲੀ। ਮਾਤਾ ਜੀ ਸਭ ਸਮਝ ਗਏ। ਉਹਨਾਂ ਗੰਗੂ ਨੂੰ ਕਿਹਾ, ਪੁੱਤ ਜੇ ਤੈਨੂੰ ਧਨ ਦੀ ਲੋੜ ਸੀ ਤਾਂ ਤੂੰ ਮੈਥੋਂ ਮੰਗ ਲੈਂਦਾ, ਮੈਂ ਕਿਹੜਾ ਤੈਨੂੰ ਨਾ ਕਰਨੀ ਸੀ, ਤੈਨੂੰ ਚੋਰੀ ਕਰਨ ਦੀ ਕੀ ਲੋੜ ਸੀ।
ਇਹ ਸੁਣ ਕੇ ਗੰਗੂ ਗੁੱਸੇ ਨਾਲ ਬੁਖਲਾ ਗਿਆ। ਕਹਿਣ ਲੱਗਾ, ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੋਈ ਹੈ, ਤੇ ਉੱਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ। ਉਸੇ ਸਮੇਂ ਗੰਗੂ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਕਮਰੇ 'ਚ ਬੰਦ ਕਰਕੇ ਮਰਿੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਾ ਗਿਆ। ਗੰਗੂ ਤਾਂ ਚਲਾ ਗਿਆ, ਪਰ ਪਿੱਛੇ ਸਾਹਿਬਜ਼ਾਦੇ ਅੱਜ ਵੀ ਸਾਰਾ ਦਿਨ ਭੁੱਖਣ ਭਾਣੇ ਕਮਰੇ ਵਿੱਚ ਕੈਦ ਬੈਠੇ ਰਹੇ। ਪਤਾ ਨਹੀਂ ਇਤਿਹਾਸਕਾਰ ਸਾਹਿਬਜ਼ਾਦਿਆਂ ਦਾ ਇਹ ਇਤਿਹਾਸ ਕਿਉਂ ਨਹੀਂ ਬਿਆਨ ਕਰਦੇ। ਭੁੱਖ ਵੀ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਤਸੀਹਾ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ। ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਹੈ, ਪਰ ਭੁੱਖ ਤੋਂ ਤਾਂ ਜੇ ਇੱਕ ਵਾਰ ਖਹਿੜਾ ਛੱਡ ਤਾਂ ਅਗਲੇ ਪਹਿਰੇ ਫੇਰ ਆਨ ਸਿਰ ਤੇ ਖਲੋਂਦੀ ਹੈ। ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਲਈ ਮਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਿਪਾਹੀਆਂ ਨੂੰ ਗੰਗੂ ਦੇ ਨਾਲ ਭੇਜਦੇ ਹਨ। ਹੁਣ ਇੱਥੋਂ ਸਾਹਿਬਜ਼ਾਦਿਆਂ ਤੇ ਜ਼ੁਲਮ ਦੀ ਉਹ ਦਾਸਤਾਨ ਸ਼ੁਰੂ ਹੋਊਗੀ ਜੋ ਸੁਣ ਕੇ ਤੁਹਾਡੀ ਰੂਹ ਕੰਬ ਜਾਊਗੀ। ਫਿਲਮ ਵਿੱਚ ਵਿਖਾਇਆ ਜਾਂਦਾ ਹੈ ਕਿ ਸਿਪਾਹੀ ਗੱਡੇ ਤੇ ਬਿਠਾ ਕੇ ਗੁਰ ਪਰਿਵਾਰ ਨੂੰ ਮਰਿੰਡੇ ਲੈ ਕੇ ਜਾਂਦੇ ਹਨ। ਮਸ਼ਹੂਰ ਇਤਿਹਾਸਕਾਰ ਸੁਖਪ੍ਰੀਤ ਸਿੰਘ ਉਦੋਕੇ ਦੱਸਦੇ ਹਨ ਕਿ ਇੱਕ ਵਾਰ ਜਦੋਂ ਮੈਂ ਪਿੰਡ ਸਹੇੜੀ ਗਿਆ ਤਾਂ ਉੱਥੇ ਪਿੰਡ ਦੇ ਬਾਹਰ ਬਾਹਰ ਇੱਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾ ਰਿਹਾ ਸੀ। ਮੈਂ ਪ੍ਰਬੰਧਕ ਸਾਹਿਬਾਨਾਂ ਨੂੰ ਪੁੱਛਿਆ ਕਿ ਇਹ ਗੁਰਦੁਆਰਾ ਕਿਹਦੀ ਯਾਦ ਵਿੱਚ ਬਣਾਇਆ ਜਾ ਰਿਹਾ ਹੈ, ਤਾਂ ਅੱਗਿਓਂ ਜਵਾਬ ਮਿਲਿਆ ਕਿ ਇਸ ਗੁਰੂ ਘਰ ਦਾ ਨਾਮ ਹੈ ਰੱਥ ਸਾਹਿਬ। ਇੱਥੋਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਰੱਥ ਤੇ ਬਿਠਾ ਕੇ ਮਰਿੰਡੇ ਲੈ ਕੇ ਗਏ ਸਨ। ਇਹ ਤਾਂ ਕਮਾਲ ਦੀ ਗੱਲ ਹੈ, ਹਕੂਮਤ ਦਾ ਸਭ ਤੋਂ ਵੱਡਾ ਬਾਗੀ ਜਿਹਨੇ ਪਿਛਲੇ 7 ਮਹੀਨਿਆਂ ਤੋਂ ਹਕੂਮਤ ਦਾ ਜੀਣਾ ਹਰਾਮ ਕੀਤਾ ਪਿਆ ਹੈ, ਤੇ ਉਹਨਾਂ ਦੇ ਬੱਚਿਆਂ ਨੂੰ ਰਾਜੇ ਮਹਾਰਾਜਿਆਂ ਵਾਂਗ ਰੱਥ ਤੇ ਬਿਠਾ ਕੇ ਲਿਜਾਇਆ ਗਿਆ ਹੋਊਗਾ। ਸਰਸਾ ਦੇ ਕੰਢੇ ਗੁਰ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਦੂਨਾ ਸਿੰਘ ਹੰਡੂਰੀਆ ਨੇ ਬ੍ਰਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ, ਕਥਾ ਗੁਰਸੂਤਨ ਜੀ ਕੀ। ਇਹਦਾ ਅਸਲ ਖਰੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਸੀ ਜੋ ਜੂਨ 84 ਦੇ ਘੱਲੂਘਾਰੇ ਦੌਰਾਨ ਸੜ ਗਿਆ, ਪਰ ਪਿਆਰਾ ਸਿੰਘ ਪਦਮ ਹੁਣਾਂ ਨੇ ਇਹਦਾ ਪੰਜਾਬੀ ਅਨੁਵਾਦ ਵੀ ਕੀਤਾ ਹੋਇਆ ਹੈ। ਉਸ ਕਿਤਾਬ ਵਿੱਚ ਇਸ ਵਰਤਾਰੇ ਦਾ ਬੜਾ ਹੀ ਦਰਦਨਾਕ ਜ਼ਿਕਰ ਮਿਲਦਾ ਹੈ। ਉਹ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਬੋਰਿਆਂ 'ਚ ਬੰਨ ਕੇ ਘੋੜੇ ਦੇ ਦੋਵੇਂ ਪਾਸੇ ਲਮਕਾ ਦਿੱਤਾ ਗਿਆ ਜਿਵੇਂ ਕੋਈ ਸਮਾਨ ਲੱਦਿਆ ਜਾਂਦਾ ਹੈ, ਤੇ ਇੱਕ ਦੂਸਰੇ ਘੋੜੇ ਤੇ ਮਾਤਾ ਗੁਜਰ ਕੌਰ ਜੀ ਨੂੰ ਪਿੱਛੇ ਹੱਥ ਬੰਨ ਕੇ ਬਿਠਾ ਦਿੱਤਾ ਗਿਆ। ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਹ ਮਾਤਾ ਜੀ ਦੇ ਮੂੰਹ ਤੇ ਬੰਨ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਸਿਰਫ ਸੁਣਨ ਲਈ ਨਹੀਂ ਹਨ, ਆਪਾਂ ਆਪਣੀ ਸੁਰਤ ਨੂੰ ਉਹਨਾਂ ਤਸੀਹਾਂ ਨਾਲ ਜੋੜ ਕੇ ਵੇਖੀਏ। ਕਿੰਨੀ ਤਕਲੀਫ ਸਹਿਣੀ ਪਈ ਹੋਊਗੀ ਮਾਤਾ ਜੀ ਨੂੰ ਉਸ ਸਮੇਂ। ਜਦ ਮਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਇੱਕ ਅੱਡ ਕਮਰੇ ਵਿੱਚ ਕੈਦ ਕਰ ਦਿੱਤਾ ਗਿਆ, ਪਰ ਸਾਹਿਬਜ਼ਾਦਿਆਂ ਨੂੰ ਕਿਸੇ ਨੇ ਨਾ ਖੋਲਿਆ। 3-4 ਦਿਨਾਂ ਤੋਂ ਭੁੱਖੇ ਸਾਹਿਬਜ਼ਾਦੇ ਸਾਰੀ ਰਾਤ ਇਸੇ ਤਰ੍ਹਾਂ ਬੋਰਿਆਂ 'ਚ ਬੱਜੇ ਤੜਫਦੇ ਰਹੇ, ਤੇ ਸਵੇਰੇ ਜਦੋਂ ਬੋਰਿਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਵੇਂ ਛੋਟੇ ਪੱਧਰ ਦੇ ਸਰਕਾਰੀ ਅਫਸਰ ਸਨ ਤੇ ਚਾਹੁੰਦੇ ਸਨ ਕਿ ਜਿੰਨਾ ਕੁ ਥੋੜਾ ਜਿਹਾ ਸਮਾਂ ਇਹਨਾਂ ਨੂੰ ਮਿਲਿਆ ਹੈ ਇਹਦੇ ਵਿੱਚ ਹੀ ਸਾਹਿਬਜ਼ਾਦਿਆਂ ਨੂੰ ਦੀਨੇ ਇਸਲਾਮ ਕਬੂਲ ਕਰਵਾ ਕੇ ਇੱਕ ਜੇਤੂ ਜਰਨੈਲ ਦੀ ਤਰ੍ਹਾਂ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਦ ਤੋਂ ਵੱਡੇ ਵੱਡੇ ਇਨਾਮਾਂ ਦੇ ਹੱਕਦਾਰ ਬਣੀਏ। ਡਾਕਟਰ ਗੰਡਾ ਸਿੰਘ ਜੀ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਹਨਾਂ ਜ਼ਾਲਮਾਂ ਨੇ ਅੱਤ ਦੀ ਸਰਦੀ ਵਿੱਚ ਮਾਸੂਮ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛਟੀ ਨਾਲ ਕੁਟਵਾਇਆ। ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਮਾਸੂਮ ਚਮੜੀ ਤੇ ਨਿਸ਼ਾਨ ਉੱਭਰ ਆਏ। ਬੇਅੰਤ ਦਰਦ ਵੀ ਸਹਿਣਾ ਪਿਆ ਹੋਊਗਾ, ਪਰ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ। ਇਹ ਸਭ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣ ਦੀ ਈਨ ਮੰਨਣੀ ਕਬੂਲ ਨਾ ਕੀਤੀ। ਜਦ ਨਾ ਗੱਲ ਬਣਦੀ ਵਿਖੀ ਤਾਂ ਉਹਨਾਂ ਨੇ ਇੱਕ ਹੋਰ ਦਾਅ ਅਜਮਾ ਕੇ ਵੇਖਿਆ। ਸਾਹਿਬਜ਼ਾਦੇ ਨੂੰ ਇੱਕ ਦਰਖਤ ਨਾਲ ਬੰਨ ਕੇ ਗੁਲੇਲ ਨਾਲ ਉਹਨਾਂ ਤੇ ਪੱਥਰ ਦੇ ਨਿਸ਼ਾਨੇ ਬੰਨੇ ਗਏ। ਸਾਹਿਬਜ਼ਾਦਿਆਂ ਦੇ ਕਈ ਥਾਂ ਤੋਂ ਲਹੂ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਗਈਆਂ, ਪਰ ਫੇਰ ਵੀ ਇਹ ਛੋਟੇ ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ। ਇਹ ਜਾਨੀ ਖਾਂ ਤੇ ਮਾਨੀ ਖਾਂ ਹਜੇ ਮਾਸੂਮ ਬੱਚਿਆਂ ਦੇ ਹੋਰ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਢਾਉਂਦੇ, ਪਰ ਹਕੂਮਤ ਦੇ ਇੰਨੇ ਵੱਡੇ ਗੁਨਾਹਗਾਰ ਕਾਬੂ ਆਏ ਸਨ
ਖਬਰ ਅੱਗ ਦੀ ਵਾਂਗ ਫੈਲਦੇ ਹੋਏ ਵਜ਼ੀਰ ਖਾਨ ਤੱਕ ਪਹੁੰਚ ਗਈ। ਇਸ ਲਈ ਫਿਰ ਮਜਬੂਰ ਹੋ ਕੇ ਉਹਨਾਂ ਨੂੰ ਸਾਹਿਬਜ਼ਾਦੇ ਨੂੰ ਵਜ਼ੀਰ ਖਾਨ ਕੋਲ ਪੇਸ਼ ਕਰਨਾ ਪਿਆ। ਜ਼ੁਲਮਾਂ ਦੀ ਅੱਤ ਕਰਦਿਆਂ ਮਰਿੰਡੇ ਤੋਂ ਲੈ ਕੇ ਸਰਹੰਦ ਤੱਕ ਸਾਹਿਬਜ਼ਾਦੇ ਨੂੰ ਤੋਰ ਕੇ ਲਿਜਾਇਆ ਗਿਆ। ਸਾਹਿਬਜ਼ਾਦਿਆਂ ਦੇ ਦੋਵਾਂ ਹੱਥਾਂ ਵਿੱਚ ਹੱਥਕੜੀਆਂ ਸਨ, ਉਹਨਾਂ ਦੇ ਗੁੱਟਾਂ ਵਿੱਚੋਂ ਲਹੂ ਸਿਮ ਰਿਹਾ ਸੀ। ਤੇ ਜਦੋਂ ਹੁਣ ਸਰਹੰਦ ਪਹੁੰਚੇ ਤਾਂ ਵਜ਼ੀਰ ਖਾਨ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ। ਜਦੋਂ ਤੱਕ ਮਰਿੰਡੇ ਤੋਂ ਸਾਹਿਬਜ਼ਾਦੇ ਨੂੰ ਲੈ ਕੇ ਸਿਪਾਹੀ ਸਰਹੰਦ ਪਹੁੰਚੇ ਉਦੋਂ ਦਿਨ ਢਲ ਚੁੱਕਿਆ ਸੀ। ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਹ ਠੰਡਾ ਬੁਰਜ ਉਸ ਸਮੇਂ ਰਾਜਸੀ ਲੋਕਾਂ ਦੇ ਗਰਮੀਆਂ ਦੌਰਾਨ ਆਰਾਮ ਕਰਨ ਲਈ ਬਣਾਇਆ ਗਿਆ ਸੀ। ਬੁਰਜ ਵਿੱਚ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਇਸ ਨਾਲ ਆ ਕੇ ਹਵਾ ਟਕਰਾਉਂਦੀ ਸੀ ਤੇ ਉਦੋਂ ਗਰਮੀ ਵਿੱਚ ਵੀ ਕਾਂਬਾ ਛਿੜਨ ਲੱਗ ਪੈਂਦਾ ਸੀ। ਤੇ ਹੁਣ ਤਾਂ ਪੋਹ ਦਾ ਮਹੀਨਾ ਸੀ। ਭੁੱਖ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਸਰੀਰ ਤੋਂ ਵੱਧ ਮਾਨਸਿਕ ਪੱਧਰ ਤੇ ਮਨੁੱਖ ਨੂੰ ਜ਼ਿਆਦਾ ਕਮਜ਼ੋਰ ਕਰਦਾ ਹੈ। ਇਸੇ ਲਈ ਅੱਜ ਵੀ ਪੱਛਮੀ ਦੇਸ਼ਾਂ ਵਿੱਚ ਖਤਰਨਾਕ ਅਪਰਾਧੀਆਂ ਨੂੰ ਸਪੈਸ਼ਲੀ ਲੋਅ ਟੈਂਪਰੇਚਰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਬਿਨਾਂ ਗਰਮ ਕੱਪੜਿਆਂ ਦੇ ਠੰਡੇ ਫਰਸ਼ ਤੇ ਬੈਠੇ ਮਾਤਾ ਜੀ ਬੱਚਿਆਂ ਨੂੰ ਕਦੀ ਆਪਣੇ ਸਾਹ ਨਾਲ ਤੇ ਕਦੀ ਛਾਤੀ ਨਾਲ ਲਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ ਤੇ ਕਦੀ ਵੱਖ ਵੱਖ ਤਰ੍ਹਾਂ ਦੀਆਂ ਸਾਖੀਆਂ ਸੁਣਾ ਕੇ ਸਿੱਖੀ ਵਿੱਚ ਪਰਪੱਖ ਰਹਿਣ ਦੀ ਸਿੱਖਿਆ ਦਿੰਦੇ। ਇਤਿਹਾਸਕਾਰ ਦੱਸਦੇ ਹਨ ਕਿ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਨੀਲੇ ਪੈਣ ਲੱਗ ਪਏ ਸਨ, ਹੱਥ ਪੈਰ ਸੁੰਨ ਹੋਣ ਲੱਗ ਪਏ ਸਨ। ਉਹ ਰਾਤ ਉਹਨਾਂ ਸਭ ਨੇ ਬਹੁਤ ਔਖੀ ਕੱਟੀ। ਹਜੇ ਦਿਨ ਦਾ ਚੜਾਅ ਹੋਇਆ ਹੀ ਸੀ ਕਿ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਗਏ। ਕਹਿੰਦੇ ਇਹਨਾਂ ਦੀ ਅੱਜ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ। ਕਚਹਿਰੀ ਵਿੱਚ ਵਜ਼ੀਰ ਖਾਨ ਆਪਣੇ ਤਖ਼ਤ ਤੇ ਬੈਠਾ ਸੀ। ਸੁੱਚਾਨੰਦ ਜੋ ਕਿ ਵਜ਼ੀਰ ਖਾਨ ਦਾ ਅਹਿਲਕਾਰ ਤੇ ਸਿਰੇ ਦਾ ਲੁੱਤੀ ਲਾਊ ਸੀ, ਉਹ ਵੀ ਉੱਥੇ ਮੌਜੂਦ ਸੀ। ਇਹ ਕਚਹਿਰੀ 3 ਦਿਨ ਤੱਕ ਇਸੇ ਤਰ੍ਹਾਂ ਚੱਲਦੀ ਰਹੀ। ਇਸ ਦੌਰਾਨ ਬੱਚਿਆਂ ਨੂੰ ਦੀਨੇ ਇਸਲਾਮ ਕਬੂਲ ਕਰਾਉਣ ਲਈ ਹਰ ਤਰ੍ਹਾਂ ਦੇ ਲਾਲਚ, ਹਰ ਤਰ੍ਹਾਂ ਦੇ ਝੂਠੇ ਸੱਚੇ ਵਾਅਦੇ ਤੇ ਬਹੁਤ ਸਾਰੇ ਡਰਾਵੇ ਦਿੱਤੇ ਗਏ, ਪਰ ਜ਼ਾਲਮ ਸਾਹਿਬਜ਼ਾਦੇ ਨੂੰ ਈਨ ਮਨਾਉਣ ਵਿੱਚ ਕਾਮਯਾਬ ਹੋ ਨਾ ਪਾਏ। ਇਹ ਕਚਹਿਰੀ ਦਾ 3 ਦਿਨ ਦਾ ਇਤਿਹਾਸ, ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਕਾਲੀਆਂ ਰਾਤਾਂ, ਕਿਸ ਤਰ੍ਹਾਂ ਚਾਲਬਾਜ਼ੀ ਨਾਲ ਦਰਵਾਜ਼ੇ ਦੀ ਛੋਟੀ ਖਿੜਕੀ ਵਿੱਚੋਂ ਲੰਘਾ ਕੇ ਸਾਹਿਬਜ਼ਾਦਿਆਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਕਿਸ ਤਰ੍ਹਾਂ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਭਾਈ ਮੋਤੀ ਮਹਿਰਾ ਜੀ ਨੇ ਗਰਮ ਦੁੱਧ ਪਿਆ ਕੇ ਬੇਅੰਤ ਸੇਵਾ ਖੱਟੀ। ਇਹ ਸਾਰਾ ਇਤਿਹਾਸ ਤੁਸੀਂ ਪਹਿਲਾਂ ਬਹੁਤ ਵਾਰ ਸੁਣਿਆ ਹੋਊਗਾ, ਚਾਰ ਸਾਹਿਬਜ਼ਾਦੇ ਮੂਵੀ ਵੀ ਦੇਖੀ ਹੋਊਗੀ। ਇੱਥੇ ਆਪਾਂ ਸਿਰਫ ਉਸੇ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਹਦਾ ਬਹੁਤ ਘੱਟ ਜ਼ਿਕਰ ਸੁਣਨ ਜਾਂ ਪੜ੍ਹਨ ਨੂੰ ਮਿਲਦਾ ਹੈ। 3 ਦਿਨਾਂ ਤੱਕ ਭਾਰੀ ਤਸ਼ੱਦਦ ਢੋਣ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦੇ ਰੱਤੀ ਭਰ ਵੀ ਨਾ ਡੋਲੇ ਤਾਂ ਵਜ਼ੀਰ ਖਾਨ ਦੇ ਇਸ਼ਾਰੇ ਤੇ ਕਾਜੀ ਨੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚਿੰਨੀ ਸ਼ੁਰੂ ਕਰ ਦਿੱਤੀ ਗਈ। ਕੁਝ ਇਤਿਹਾਸਕਾਰਾਂ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਹੈ ਕਿ ਜਦੋਂ ਕੰਧ ਗੋਡਿਆਂ ਤੱਕ ਪਹੁੰਚੀ ਤੇ ਰਾਜ ਮਿਸਤਰੀ ਇੱਟ ਸ਼ਾਂਗਲ ਲੰਗਾ ਤਾਂ ਕੋਲ ਖੜਾ ਸੁੱਚਾਨੰਦ ਕਹਿੰਦਾ ਕਿ ਕਾਰੀਗਰਾਂ ਸਰਕਾਰੀ ਇੱਟ ਦਾ ਨੁਕਸਾਨ ਕਿਉਂ ਕਰਦਾ ਹੈ, ਇਹਨਾਂ ਦੇ ਗੋਡੇ ਹੀ ਛਾਂਗ ਦੇ। ਤੇ ਰਾਜ ਮਿਸਤਰੀ ਨੇ ਫਿਰ ਉਵੇਂ ਹੀ ਕੀਤਾ। ਹੌਲੀ ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਦੇ ਉੱਤੇ ਇੱਕ ਇੱਟ ਚਿਣਦਾ ਗਿਆ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਅੰਦਰ ਹੌਲੀ ਹੌਲੀ ਕਰਦਿਆਂ ਸਾਹਿਬਜ਼ਾਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਬੇਹੋਸ਼ ਹੋ ਗਏ ਤਾਂ ਕੰਧ ਦੀਆਂ ਇੱਟਾਂ ਸਮੇਤ ਆ ਕੇ ਜ਼ਮੀਨ ਤੇ ਡਿੱਗੇ। ਤਦ ਕਾਜੀ ਨੇ ਦੋਹਾਂ ਨੂੰ ਸ਼ੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕੀਤਾ। ਪਰ ਇਸਲਾਮ ਦਾ ਇੱਕ ਨਿਯਮ ਹੁੰਦਾ ਹੈ ਕਿ ਸ਼ੀਰਖੋਰ ਬੱਚੇ ਨੂੰ, ਯਾਨੀ ਕਿ ਜਿਹੜੇ ਬੱਚੇ ਦੇ ਹਜੇ ਦੁੱਧ ਦੇ ਦੰਦ ਨਹੀਂ ਟੁੱਟੇ ਹੁੰਦੇ, ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ। ਕਾਜੀ ਨੇ ਤਾਂ ਵਜ਼ੀਰ ਖਾਨ ਦੇ ਕਹਿਣ ਤੇ ਫਤਵਾ ਜਾਰੀ ਕਰ ਦਿੱਤਾ, ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ। ਸਭ ਨੇ ਹੱਥ ਖੜੇ ਕਰ ਦਿੱਤੇ ਸਨ। ਆਖਿਰ ਉਸ ਦਿਨ ਕਚਹਿਰੀ ਵਿੱਚ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨਾਂ ਦੇ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਪੇਸ਼ੀ ਤੇ ਹਾਜ਼ਰ ਹੋਣ ਆਏ ਸਨ। ਇਹ ਦੋਵੇਂ ਹੀ ਸੈਯਦ ਜਲਾਲੂਦੀਨ ਨਾਮ ਦੇ ਉਸ ਜਲਾਦ ਦੇ ਭਤੀਜੇ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ। ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਦਾ ਮੁਕੱਦਮਾ ਰੱਦ ਕੀਤੇ ਜਾਣ ਦੀ ਸ਼ਰਤ ਤੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ।
ਇਸਲਾਮ ਧਰਮ ਮੁਤਾਬਕ ਕਤਲ ਕਰਨ ਦੇ 3 ਤਰੀਕੇ ਹੁੰਦੇ ਹਨ। ਜਿਬਾ ਕਰਨਾ ਯਾਨੀ ਕਿ ਛਾਤੀ ਚੀਰ ਕੇ ਕਤਲ ਕਰਨਾ, ਹਲਾਲ ਕਰਨਾ ਯਾਨੀ ਕਿ ਗਲ ਵੱਢ ਕੇ ਕਤਲ ਕਰਨਾ, ਤੇ ਜਰਹਰਾ ਕਰਨਾ ਯਾਨੀ ਕਿ ਦਿਲ ਵਿੱਚ ਬਰਸ਼ਾ ਮਾਰ ਕੇ ਕਤਲ ਕਰਨਾ। ਤੇ ਜਦੋਂ ਕਿਸੇ ਨੂੰ ਇਸਲਾਮ ਦੀਆਂ ਰਵਾਇਤਾਂ ਮੁਤਾਬਕ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਤਾਂ ਉਸਨੂੰ ਜਿਬਾ ਕੀਤਾ ਜਾਂਦਾ ਹੈ। ਪਰ 4 ਸਾਹਿਬਜ਼ਾਦੇ ਮੂਵੀ ਵਿੱਚ ਇਹ ਸੀਨ ਗਲਤ ਕਰਕੇ ਦਿਖਾਇਆ ਗਿਆ ਹੈ। ਉੱਥੇ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੂੰ ਦੋਵੇਂ ਸਾਹਿਬਜ਼ਾਦਿਆਂ ਦੇ ਗਲ ਤੇ ਛੁਰੀ ਚਲਾਉਂਦਿਆਂ ਦਿਖਾਇਆ ਗਿਆ ਹੈ। ਜਦਕਿ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਮੁਤਾਬਕ ਦੋਵਾਂ ਬੱਚਿਆਂ ਦੀਆਂ ਲੱਤਾਂ ਤੇ ਗੋਡਾ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤਾਂ ਕੁਝ ਪਲਾਂ ਵਿੱਚ ਹੀ ਸੱਚਖੰਡ ਸੁਧਾਰ ਗਏ, ਪਰ ਸਾਹਿਬਜ਼ਾਦਾ ਫਤਿਹ ਸਿੰਘ ਲਗਭਗ ਅੱਧੀ ਘੜੀ ਤੱਕ ਉੱਥੇ ਦਰਦ ਨਾਲ ਤੜਫਦੇ ਰਹੇ। ਹੌਲੀ ਹੌਲੀ ਹੱਥ ਪੈਰ ਹਿੱਲਣੇ ਬੰਦ ਹੋ ਗਏ ਤੇ ਸਾਹਿਬਜ਼ਾਦਾ ਫਤਿਹ ਸਿੰਘ ਵੀ ਆਪਣੇ 3 ਭਰਾਵਾਂ ਦੇ ਕੋਲ ਪਹੁੰਚ ਗਏ। ਤੇ ਇਤਿਹਾਸ ਦਾ ਇੱਕ ਹੋਰ ਅਹਿਮ ਪੱਖ, ਉਦੋਂ ਅੱਜ ਦੀਆਂ ਘੜੀਆਂ ਦੇ ਹਿਸਾਬ ਨਾਲ ਸਮਾਂ ਕੀ ਸੀ? ਜਦੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸ਼ਹੀਦ ਹੋਏ ਉਸ ਸਮੇਂ ਘੜੀ ਦੇ ਵਿੱਚ ਸਵੇਰ ਦੇ 10:45 ਦਾ ਸਮਾਂ ਹੋ ਰਿਹਾ ਸੀ। ਤੇ ਜਦੋਂ ਅੱਧੀ ਘੜੀ ਸਹਿਕਦੇ ਰਹਿਣ ਤੋਂ ਬਾਅਦ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਉਸ ਸਮੇਂ ਘੜੀ ਵਿੱਚ ਸਵੇਰ ਦੇ 10:57 ਹੋ ਰਹੇ ਸਨ। ਇਹ ਸਮਾਂ ਕਿਵੇਂ ਕੈਲਕੂਲੇਟ ਕੀਤਾ ਗਿਆ, ਇਹਦੇ ਲਈ ਤੁਸੀਂ ਪਿੰਨ ਕਮੈਂਟ ਦੇਖ ਸਕਦੇ ਹੋ। ਸੋ ਇਹ ਸੀ ਇਤਿਹਾਸ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ। ਇਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਕਿਵੇਂ ਹੋਈ? ਕਈ ਜਗ੍ਹਾ ਤੇ ਜ਼ਿਕਰ ਮਿਲਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਮਾਤਾ ਜੀ ਨੇ ਠੰਡੇ ਬੁਰਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਆਖਿਰ ਕੀ ਹੈ ਸੱਚਾ ਤੇ ਸਹੀ ਇਤਿਹਾਸ, ਇਹ ਜਾਣਾਂਗੇ ਅਗਲੇ ਕਿਸੇ ਵੀਡੀਓ ਵਿੱਚ। ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਸੋ ਇਹ ਸਾਡਾ ਮਾਣਯੋਗ ਇਤਿਹਾਸ ਖਾਸ ਕਰਕੇ ਸਾਡੇ ਬੱਚਿਆਂ ਤੱਕ ਪਹੁੰਚ ਸਕੇ। ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ। ਸਿੱਖ ਸ਼ਹੀਦੀ ਹਫਤੇ ਦੇ ਹਰ ਦਿਨ ਤੇ ਡੇ ਬਾਏ ਡੇ ਡਿਟੇਲ ਵੀਡੀਓ ਅਸੀਂ ਆਲਰੇਡੀ ਇਸ ਚੈਨਲ ਤੇ ਅਪਲੋਡ ਕੀਤੇ ਹੋਏ ਹਨ। ਇਸ ਬਾਕਸ ਤੇ ਕਲਿੱਕ ਕਰਕੇ ਤੁਸੀਂ ਉਹ ਸਾਰੇ ਵੀਡੀਓਜ਼ ਵੇਖ ਸਕਦੇ ਹੋ। ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।